ਸਫਲ ਤੇ ਤਨ ਹੋਏ
ਸਭਲ ਤਨ ਜਨ ਸਭਲ ਸੰਤ ਜਾਂ ਸਾਧੂ ਕਿਸੇ ਭੇਖ ਦਾ ਨਾਂ ਨਹੀਂ, ਕਰਨੀ ਦਾ ਨਾਂ। ਜਿਸ ਮਹਾਂਪੁਰਸ਼ ਨੇ ਪਰਮੇਸ਼ਰ ਦੀ ਬੰਦਗੀ ਕਰਕੇ ਉਸ ਵਿੱਚ ਭੇਦਤਾ ਹਾਸਲ ਕਰ ਲਈ ਹੈ, ਉਹ ਪੂਰਨ ਪੁਰਖ ਭੇਦ ਪੁਰਸ਼ ਹੋਇਆ ਕਰਦੇ ਹਨ। ਕਿਉਂਕਿ ਸਰੀਰ ਵੀ ਉਹਨਾਂ ਦਾ ਹੀ ਸਫਲ ਹੈ ਅਤੇ ਜਨਮ ਵੀ ਉਹਨਾਂ ਦਾ ਧਨ ਦਾ ਯੋਗ ਹੈ ਜੋ ਪਰਮੇਸ਼ਰ ਵਿੱਚ ਮਿਲ ਗਏ। ਇਸ ਲਈ ਅੱਜ ਆਪਾਂ ਇੱਕ ਐਸੀ ਮਹਾਨ ਹਸਤੀ ਦੀ ਯਾਦ ਵਿੱਚ ਜੁੜੇ ਹਾਂ ਜੋ ਦੁਨੀਆ ਵਿੱਚ ਆਪਣੀ ਮਿਸਾਲ ਆਪ ਸਨ। ਬਲੀ ਮਹਾਂਪੁਰਸ਼ ਬਹੁਤ ਹੋਏ, ਬੇਅੰਤ ਕਮਾਈਆਂ ਵਾਲੇ ਹੋਏ, ਸੰਤ ਸਿਪਾਹੀ ਹੋਏ। ਖਾਸ ਤੌਰ 'ਤੇ ਹੋਤੀ ਮਰਦਾਨ ਦੀ ਸੰਪਰਦਾ ਤਾਂ ਸਾਰੀ ਹੈ ਸੰਤ ਸਿਪਾਹੀਆਂ ਦੀ, ਜਿਸ ਵਿੱਚ ਬੜੇ ਬੜੇ ਬਲੀ ਮਹਾਂਪੁਰਸ਼ ਕਰਨ ਵਾਲੇ ਹੋਰ ਸੰਪਰਦਾਵਾਂ ਵਿੱਚ ਵੀ ਹੋਏ, ਪਰ ਬੜੇ ਮਹਾਰਾਜ ਜੀ ਦੇ ਕਥਨ ਅਨੁਸਾਰ, ਬਚਨਾਂ ਦੇ ਅਨੁਸਾਰ ਜੋ ਪਰਮਾਰਥ ਦਾ ਭੰਡਾਰਾ, ਅਨੁਭਵ ਦਾ ਭੰਡਾਰ ਇਹ ਸੋਤੀ ਮਰਦਾਨ ਦੀ ਸੰਪਰਦਾ ਵਿੱਚ ਚੱਲਿਆ ਹੈ, ਉਹ ਕਿਸੇ ਸੰਪਰਦਾ ਵਿੱਚ ਨਹੀਂ ਹੈ। ਐਸਾ ਨਹੀਂ ਕਿ ਹੋਰ ਮਹਾਂਪੁਰਸ਼ ਨਹੀਂ ਹੋਏ, ਬਹੁਤ ਬਲੇ ਬਲੀ 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 ਮਹਾਂਪੁਰਸ਼ ਹੋਏ, ਕਿਉਂਕਿ ਸਾਧ ਜੀ ਅਕਾਲ ਪੁਰਖ ਵਾਹਿਗੁਰੂ ਦਾ ਕੋਈ ਰੂਪ ਰੇਖ ਰੰਗ
ਤਿੰਨਾਂ ਚੋਂ ਕੋਈ ਚੀਜ਼ ਨਹੀਂ ਹੈ, ਤਿੰਨਾਂ ਗੁਣਾਂ ਤੋਂ ਭਿੰਨ। ਕਲਗੀਧਰ ਪਾਤਸ਼ਾਹ ਜੀ ਦੇ ਕਥਨ ਅਨੁਸਾਰ ਅਨੁਭਵ ਪ੍ਰਕਾਸ਼ ਹੈ, ਉਹ ਕੋਈ ਠੋਸ ਵਸਤੂ ਨਹੀਂ ਹੈ ਵੀ ਕਿਤੋਂ ਜਾ ਕੇ ਚੱਕ ਲਿਆਉਣੀ ਹੈ ਜਾਂ ਮੈਨੂੰ ਪ੍ਰਾਪਤ ਹੋ ਗਈ, ਮੈਂ ਰੱਬ ਨੂੰ ਮਿਲ ਗਿਆ ਜਾਂ ਰੱਬ ਮੈਨੂੰ ਪ੍ਰਾਪਤ ਹੋ ਗਿਆ। ਉਹ ਅਨੁਭਵ ਪ੍ਰਕਾਸ਼ ਹੈ, ਇਸ ਲਈ ਉਸ ਪਰਮੇਸ਼ਰ ਦੀ ਪ੍ਰਾਪਤੀ ਉਹੀ ਮਹਾਂਪੁਰਸ਼ ਦੁਆਰਾ ਹੋ ਸਕਦੀ ਹੈ ਜੋ ਆਪ ਅਨੁਭਵੀ ਹੋਵੇ ਔਰ ਉਸ ਵਿੱਚ ਅਭੇਦ ਹੋਵੇ। ਸਤਸੰਗ ਜੀ, ਬ੍ਰਹਮ ਗਿਆਨੀਆਂ ਦੇ ਵੀ ਦਰਜੇ ਨੇ, ਬ੍ਰਹਮ ਗਿਆਨ ਬਹੁਤਿਆਂ ਨੂੰ ਹੋ ਜਾਂਦਾ। ਤੁਸੀਂ ਜਿਹੜੇ ਕਥਨੀ ਵਾਲੇ ਵਿਦਵਾਨ ਨੇ, ਕਈ ਐਸੇ ਵਿਦਵਾਨ ਦੇਖੇ ਨੇ ਤੁਹਾਨੂੰ ਸਾਰਾ ਨਕਸ਼ਾ ਬੰਨ ਕੇ ਦਿਖਾ ਦੇਣਗੇ ਪੂਰਾ, ਪਰ ਉਹਨਾਂ ਨੇ ਆਪ ਦੇਖਿਆ ਨਹੀਂ ਹੁੰਦਾ, ਕਿਉਂਕਿ ਉਸ ਰਸਤੇ ਤੁਰੇ ਨਹੀਂ। ਸਰਵੱਖਰੀ ਗਿਆਨ ਉਸ ਅਕਾਲ ਪੁਰਖ ਵਾਹਿਗੁਰੂ ਦਾ ਗਿਆਨ ਅੱਖਰਾਂ 'ਚ ਵਰਣਨ ਇਸ ਲਈ ਕੀਤਾ ਨੂੰ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਬਾਣੀ ਉਚਾਰਨ ਕਰਕੇ ਕਿ ਆਪਾਂ ਜਿਹੜੇ ਜੀਵ ਕੋਟੀ 'ਚ ਆਇਆ ਨਾ, ਇਹ ਅੱਖਰਾਂ ਦੁਆਰਾ ਸਮਝ ਸਕਦੇ ਹਾਂ, ਆਪਾਂ ਨੂੰ ਅਨੁਭਵ ਦਾ ਗਿਆਨ ਨਹੀਂ ਹੈ। ਇਸ ਲਈ ਉਸ ਅਨੁਭਵ ਨੂੰ ਸਤਿਗੁਰਾਂ ਨੇ ਅੱਖਰਾਂ ਵਿੱਚ ਗਿਆਨ ਕੀਤਾ। ਅਖਰੀ ਗਿਆਨ ਗੀਤ ਗੁਣਗਾ, ਗੁਰੂ ਦੀ ਸਿਵ ਸਲਾਹ ਵੀ ਅੱਖਰਾਂ ਦੁਆਰਾ ਹੀ ਹੋ ਸਕਦੀ, ਲੇਕਿਨ ਇਹ ਅੱਖਰਾਂ ਤੱਕ ਸੀਮਿਤ ਨਹੀਂ ਹੈ। ਜੋ ਅਨੁਭਵ ਦਾ ਗਿਆਨ ਹੈ, ਬਾਣੀ ਵੀ ਸਾਰੀ ਅਨੁਭਵ ਪ੍ਰਕਾਸ਼ ਦਾ ਹੀ ਸਰੂਪ ਹੈ, ਇਹ ਅੱਖਰ ਨਹੀਂ ਹਨ। ਇਹਨਾਂ ਅੱਖਰਾਂ ਦੁਆਰਾ ਅਨੁਭਵ ਪ੍ਰਕਾਸ਼ ਦਾ ਗਿਆਨ ਹੁੰਦਾ ਹੈ ਅਕਾਲ ਪੁਰਖ ਵਾਹਿਗੁਰੂ ਦਾ, ਲੇਕਿਨ ਉਸ ਮਹਾਂਪੁਰਸ਼ ਕੋਲੋਂ ਹੋਏਗਾ ਜੋ ਆਪ ਅਨੁਭਵੀ ਹੋਏ। ਬੜੇ ਮਹਾਰਾਜ ਜੀ, ਧੰਨ ਸੰਤ ਬਾਈ ਅਤਰ ਸਿੰਘ ਜੀ ਮਹਾਰਾਜ ਰੇਵਿਓ ਸਾਹਿਬ ਵਾਲੇ ਬੜੇ ਬਲੀ ਮਹਾਂਪੁਰਸ਼ ਸਨ, ਅਨੁਭਵ ਦੇ ਭੰਡਾਰ ਸਨ। ਉਰਵਲੇ ਸੰਜੋਗਾਂ ਅਨੁਸਾਰ ਉਹਨਾਂ ਦੀ ਸੰਗਤ ਪ੍ਰਾਪਤ ਹੋਈ, ਉੱਥੋਂ ਹੀ ਬੰਦਗੀ ਦੇ ਅਨੁਭਵ ਦੇ ਭੰਡਾਰੇ ਪ੍ਰਾਪਤ ਹੋਏ। ਇਹ ਅੰਮ੍ਰਿਤ ਆਟਾ ਲਸੂਲ ਹੈ, ਕੋਈ ਮਿਲਿਆ ਹੋਇਆ ਹੀ ਤੁਹਾਨੂੰ ਪਰਮੇਸ਼ੁਰ ਨੂੰ ਮਿਲਾ ਸਕਦਾ ਹੈ, ਦੂਸਰਾ ਨਹੀਂ ਮਿਲਾ ਸਕੇ। ਇਸ ਲਈ ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਨੇ ਬੜੇ ਮਹਾਰਾਜ ਜੀ ਨੂੰ ਇੰਨਾ ਸਮਰੱਥ ਬਣਾ ਦਿੱਤਾ ਕਿ ਉਹ ਸਾਰੀ ਉਮਰ ਭਗਤੀ ਦੇ ਖੁੱਲ੍ਹੇ ਜਿਹੜੇ ਭੰਡਾਰੇ ਵਰਤਾਉਂਦੇ ਰਹੇ, ਪਰ ਤੋਟ ਨਾ ਵੈ ਵੱਧ ਹੋ ਜਾਏ। ਇਹੋ ਹੀ ਪੂਰਨ ਮਹਾਂਪੁਰਸ਼ਾਂ ਦੀ ਨਿਸ਼ਾਨੀ ਹੁੰਦੀ। ਆਪਾਂ ਵਿਚਾਰ ਕਰ ਰਹੇ ਸਾਂ ਕਿ ਬ੍ਰਹਮ ਗਿਆਨੀਆਂ ਦੇ ਵੀ ਦਰਜੇ ਹੁੰਦੇ ਨੇ, ਕਿਸੇ ਨੂੰ ਗਿਆਨ ਹੋ ਜਾਣਾ ਬ੍ਰਹਮ ਦਾ ਉਹਨੂੰ ਬ੍ਰਹਮ ਗਿਆਨੀ ਜ਼ਰੂਰ ਕਹਿਣਗੇ, ਪਰ ਪੂਰਨ ਬ੍ਰਹਮ ਗਿਆਨੀ ਨਹੀਂ ਹੋ ਸਕਦੇ। ਗਿਆਨ ਹੋਣਾ ਇੱਕ ਅਲੱਗ ਚੀਜ਼ ਹੈ, ਉਸ ਗਿਆਨ ਵਿੱਚ ਸਥਿਤੀ ਹੋ ਜਾਣੀ, ਉਸ ਗਿਆਨ ਦਾ ਹੀ ਸਰੂਪ ਹੋ ਜਾਣਾ,
ਜੇਤਾ ਪੇਖਣ ਤੇਤੋ ਧਿਆਨ, ਜੇਤਾ ਬੋਲਣ ਤੇਤਾ ਗਿਆਨ। ਜਦੋਂ ਇਹ ਅਵਸਥਾ ਹੋ ਜਾਏ ਨਾ ਤਾਂ ਫਿਰ ਉਹ ਸਾਧ ਸੰਗਤ ਜੀ ਜੀਵਨ ਮੁਕਤ ਮਹਾਂਪੁਰਸ਼ ਹੋਇਆ ਕਰਦੇ ਹਨ, ਜੋ ਆਪਣੇ ਬੜੇ ਮਹਾਰਾਜ ਜੀ ਸਨ। ਇਸ ਲਈ ਕੋਈ ਗਿਣਤੀ ਮਿਣਤੀ ਨਹੀਂ ਹੈ ਕਿ ਕਿੰਨਿਆਂ ਨੂੰ ਉਹਨਾਂ ਨੇ ਜੀ ਦਾਨ ਦੇ ਕੇ ਭਗਤੀ ਚ ਲਾਇਆ ਅਤੇ ਆਪਣੀ ਬਖਸ਼ਿਸ਼ ਦੁਆਰਾ ਬੇਅੰਤ ਜੀਵਾਂ ਨੂੰ ਬ੍ਰਹਮ ਦਾ ਗਿਆਨ ਕਰਵਾਇਆ ਅਤੇ ਬ੍ਰਹਮ ਗਿਆਨ ਵਿੱਚ ਅਸਥਿਤੀ ਬਖਸ਼ਿਸ਼ ਕੀਤੀ। ਇਸ ਕਰਕੇ ਹੀ ਜੀਵਨ ਦੀ ਸਫਲਤਾ ਲਈ ਇੱਕ ਅਨੁਭਵੀ ਮਹਾਂਪੁਰਸ਼ ਦੀ ਜ਼ਰੂਰਤ ਹੈ। ਦੁਨੀਆ 'ਤੇ ਬੇਅੰਤ ਤਰ੍ਹਾਂ ਦਾ ਪ੍ਰਚਾਰ ਹੁੰਦਾ ਕਿ ਕਿਸੇ ਸਾਧੂ ਸੰਤ ਦੀ ਕੋਈ ਲੋੜ ਨਹੀਂ ਹੈ। ਸਾਧ ਜੀ ਹੁਣ ਗੱਲਾਂ ਤਾਂ ਜਿਤਨੀਆਂ ਮਰਜ਼ੀ ਕਰੀ ਜਾਓ, ਪਰ ਜਦੋਂ ਤੁਸੀਂ ਪ੍ਰੈਕਟੀਕਲ ਕਰਕੇ ਦੇਖੋਗੇ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਸਾਧੂ ਬਿਨ ਤਾਂ ਜੀਵਨ ਹੀ ਨਹੀਂ ਹੈ। ਅਸਲੀ ਜਿਹੜੀ ਜੀਵਨ ਦੀ ਜਾਂਚ ਹੈ ਉਹ ਸੰਤ ਮਹਾਂਪੁਰਸ਼ ਹੀ ਸਿਖਾਇਆ ਕਰਦੇ ਆ ਅਸਲੀ ਮਾਨੇ ਵਿੱਚ। ਨਹੀਂ ਤਾਂ ਬਿਨ ਬੂਝੇ ਪਸ਼ ਢੋਰ, ਇਨਸਾਨੀ ਜਾਮੇ ਵਿੱਚ ਵੀ ਪਸ਼ੂ ਅਤੇ ਢੋਰਾਂ ਵਰਗੀ ਵਿਰਤੀ ਹੋ ਜਾਂਦੀ ਹੈ ਜੇ ਮਹਾਂਪੁਰਸ਼ਾਂ ਦੀ ਸੰਗਤ ਨਾ ਹੋਵੇ। ਇਸ ਲਈ ਸਤਸੰਗ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਇਸ ਗੂੜ ਸਿਧਾਂਤ ਦੀ ਵਿਆਖਿਆ ਕੀਤੀ ਹੈ ਆਪਣੀ ਇੱਕ ਛੋਟੀ ਜਿਹੀ ਰਚਨਾ ਵਿੱਚ। ਭਾਈ ਸਾਹਿਬ ਜੀ ਬਹੁਤ ਸੁੰਦਰ ਪ੍ਰਮਾਣ ਦੇ ਕੇ ਆਪਾਂ ਨੂੰ ਸਮਝਾਉਂਦੇ ਹੈ ਕਿ ਐਸਾ ਸੰਗੀ ਮਾਈ ਭਾਈ ਗੁਰਮੁਖ ਪਿਆਰਿਓ, ਮਹਾਂਪੁਰਸ਼ਾਂ ਤੋਂ ਬਿਨਾਂ ਤੁਸੀਂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕਰ ਸਕਦੇ, ਉਸ ਅਨੁਭਵ ਪ੍ਰਕਾਸ਼ ਵਿੱਚ ਨਹੀਂ ਜੁੜ ਸਕਦੇ ਜੋ ਪਰਮੇਸ਼ਰ ਦਾ ਆਪਣਾ ਸਰੂਪ ਹੈ। ਕਿਉਂਕਿ ਸੇ ਅੱਖੜੀਆਂ ਬਿਆਨ ਜਿਨ੍ਹਾਂ ਦਿਸੰਦੋ ਮਾਂ ਪਿਰੀ, ਉਹ ਪ੍ਰੇਮ ਅਤੇ ਵੈਰਾਗ ਦੇ ਨੇਤਰ ਹੋਰ ਨੇ ਜਿਨ੍ਹਾਂ ਨਾਲ ਪਰਮੇਸ਼ਰ ਨੂੰ ਦੇਖਿਆ ਜਾਂਦਾ, ਅਨੁਭਵ ਕੀਤਾ ਜਾਂਦਾ। ਅਤੇ ਉਹ ਪ੍ਰੇਮ ਅਤੇ ਵੈਰਾਗ ਦੇ ਜਿਹੜੇ ਨੇਤਰ ਹਨ ਉਹ ਮਹਾਂਪੁਰਸ਼ ਅਨੁਭਵੀ ਮਹਾਂਪੁਰਸ਼ ਹੀ ਪੈਦਾ ਕਰਿਆ ਕਰਦੇ ਹੈ। ਉਹਨਾਂ ਦੀ ਸੰਗਤ ਦੁਆਰਾ ਹੀ ਉਹ ਨੇਤਰ ਮਿਲਦੇ ਹੈ, ਇਸ ਲਈ ਫਿਰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਭਾਈ ਸਾਹਿਬ ਜੀ ਲਿਖਦੇ ਨੇ ਕਿ ਭਾਵੇਂ ਪਰਮੇਸ਼ਰ ਸਾਰੇ ਪਰਿਪੂਰਨ ਹੈ ਵੀ ਸਾਰੇ ਪਰਿਪੂਰਨ ਹੈ, ਜ਼ਰੇ ਜ਼ਰੇ ਵਿੱਚ ਉਸਦੀ ਜੋਤ ਵਿਆਪਕ ਹੈ ਔਰ ਬ੍ਰਹਮ ਸਰੂਪ ਹੋ ਕੇ ਸਾਰੇ ਪਰਿਪੂਰਨ ਹੈ, ਲੇਕਿਨ ਉਹਦੀ ਪ੍ਰਾਪਤੀ ਕਿਸੇ ਕਿਸੇ ਨੂੰ ਹੁੰਦੀ ਹੈ। ਉਹ ਕਿਉਂ? ਭਾਈ ਸਾਹਿਬ ਜੀ ਇਸ ਬਹੁਤ ਸੁੰਦਰ ਸਿਧਾਂਤ ਦੀ ਵਿਆਖਿਆ ਕਰਦੇ ਹਨ। ਤੈਸੇ ਘਾਟ ਘਾਟ ਵੇਖੈ ਪੂਰਨ ਬ੍ਰਹਮ ਰੂਪ,
ਜਾਨੀਏ ਪਰਤਛ ਮਹਾਪੁਰਖ ਮਨਾਏ ਦੇ ਚੰਪਕ ਵੇਲ ਬਿਬੁਤ ਬਿਥਾਰ ਚਾ ਵਾਸਨਾ ਪ੍ਰਗਟ ਹੋ ਲਈ ਮਜਾਏ ਕੈ ਜੈਸੇ ਤੋ ਚੰਪਕ ਵੇਲ ਬਿਬੁਤ ਬਿਥਾਰ ਵਾਸਨਾ ਪ੍ਰਗਟ ਭੁੱਲ ਹੀ ਮੈਂ ਜਾਏ ਕੈ ਭੁੱਲ ਹੀ ਮੈਂ ਜਾਏ ਕੈ ਤੈਸੇ ਘਾਟ ਘਾਟ ਵੇਖੈ ਪੂਰਨ ਬ੍ਰਹਮ ਰੂਪ ਪ੍ਰਤੱਛ ਮਹਾਪੁਰਖ ਜਾਨੀਐ ਪ੍ਰਤੱਛ ਮਹਾਪੁਰਖ ਘਾਟ ਘਾਟ ਵੇਖੈ ਪੂਰਨ ਬ੍ਰਹਮ ਜਾਨੀਐ ਪ੍ਰਤੱਛ ਮਹਾਪੁਰਖ ਮਨਾਏ ਕੈ ਜਾਨੀਐ ਪ੍ਰਤੱਛ ਮਹਾਪੁਰਖ ਭਾਈ ਸਾਹਿਬ ਜੀ ਪਹਿਲੀ ਉਦਾਹਰਣ ਦਿੰਦੇ ਨੇ ਕਿ ਚੰਪਕ ਬੇਲ ਬਹੁਤ ਹੀ ਸੁਗੰਧੀ ਵਾਲੀ ਬੇਲ ਹੁੰਦੀ ਹੈ, ਜਿੰਨੀ ਦੇਰ ਤੱਕ ਉਹਨੂੰ ਫੁੱਲ ਨਹੀਂ ਲੱਗਦੇ ਉਹਦੇ ਰੂਪ ਦਾ ਪਤਾ ਹੀ ਨਹੀਂ ਲੱਗਦਾ, ਨਾ ਉਹਦੀ ਵਾਸਨਾ ਟਾਹਣੀਆਂ 'ਚੋਂ ਆਉਂਦੀ ਹੈ ਨਾ ਪੱਤਿਆਂ 'ਚੋਂ ਆਉਂਦੀ। ਕਹਿੰਦੇ ਜਦੋਂ ਫੁੱਲ ਲੱਗ ਜਾਂਦੇ ਹੈ ਫੁੱਲਾਂ ਦੀ ਵਾਸਨਾ ਦੁਆਰਾ ਪਤਾ ਲੱਗਦਾ ਕਿ ਚੰਬੇ ਦੀ ਬੇਲ ਹੈ, ਕਹਿੰਦੇ ਵੈਸੇ ਨਹੀਂ ਪਤਾ ਲੱਗਦਾ ਕਿਉਂਕਿ ਉਹਦਾ ਸਰੂਪ
ਉਹਦੇ ਫੁੱਲਾਂ ਦੀ ਵਾਸ਼ਨਾ ਵਿੱਚ। ਅਤੇ ਦੂਸਰਾ ਭਾਈ ਸਾਹਿਬ ਜੀ ਵਰਣਨ ਕਰਦੇ ਨੇ ਜੈਸੇ ਧਰਮ ਦੀਰਘ ਸਰੂਪ ਦੇਖੀਐ ਜਗਤ ਪ੍ਰਸਿੱਧ ਸਵਾਦ ਰਸ ਹੋਤ ਫਲ ਹੀ ਮੈਂ ਪੁਨ ਆਏ ਕਹਿ ਕੋਈ ਫਲਦਾਰ ਮਿੱਠੇ ਫਲਾਂ ਵਾਲਾ ਜਿਹੜਾ ਦਰਖਤ ਹੈ ਬਹੁਤ ਉਹਦਾ ਉੱਚਾ ਲੰਬਾ ਸਰੂਪ ਦੇਖੀਐ ਦੇਖਿਆ ਜਾਂਦਾ ਸੰਸਾਰ ਵਿੱਚ ਪਰ ਕਹਿੰਦੇ ਜਿੰਨੀ ਦੇਰ ਤੱਕ ਫਲ ਨਹੀਂ ਉਸ ਨੂੰ ਲੱਗਦਾ ਉਸ ਦਰਖਤ ਦਾ ਸਰੂਪ ਹੀ ਨਹੀਂ ਪਤਾ ਲੱਗਦਾ ਵੀ ਇਹ ਕਿਹੜੇ ਫਲ ਦਾ ਦਰਖਤ ਹੈ ਕਿਉਂਕਿ ਉਸ ਦਾ ਹੁਣ ਜੇ ਅੰਬ ਦਾ ਦਰਖਤ ਲੱਗਿਆ ਹੋਇਆ ਉਹਦੇ ਨਾਲ ਮਿਲਦੇ ਜੁਲਦੇ ਕਈ ਹੋਰ ਵੀ ਇਹੋ ਜਿਹੇ ਪੱਤਿਆਂ ਵਾਲੇ ਦਰਖਤ ਹੁੰਦੇ ਨੇ ਪਰ ਕਹਿੰਦੇ ਜਦੋਂ ਮਿੱਠੇ ਅੰਬ ਲੱਗਦੇ ਆ ਫਿਰ ਪਤਾ ਲੱਗਦਾ ਵੀ ਅੰਬ ਦਾ ਦਰਖਤ ਹੈ ਇਸ ਲਈ ਭਾਈ ਸਾਹਿਬ ਜੀ ਤੀਸਰੀ ਉਦਾਹਰਨ ਦਿੰਦੇ ਨੇ ਜੈਸੇ ਗੁਰ ਗਿਆਨ ਰਾਗ ਨਾ ਕਰਤ ਪ੍ਰਕਾਸ ਤਾਸ ਰਸਨਾ ਚਾਏ ਕੈ ਜੈਸੇ ਗੁਰ ਗਿਆਨ ਰਾਗ ਨਾਦ ਹਿਰਦੈ ਵਸਤੁ ਕਰਤ ਪ੍ਰਕਾਸ ਤਾਸ ਰਸਨਾ ਸਾਈ ਐਸੇ ਘਾਟ ਘਾਟ ਵੀ ਹੈ ਪੂਰਨ ਬ੍ਰਹਮਰੂ ਜਾਣੀਏ ਪ੍ਰਤੱਛ ਮਹਾਪੁਰਖ ਜਾਣੀਏ ਪ੍ਰਤੱਛ ਮਹਾਪੁਰਖ ਐਸੇ ਘਾਟ ਘਾਟ ਵੀ ਹੈ ਪੂਰਨ ਬ੍ਰਹਮ ਤੀਸਰੀ ਉਦਾਹਰਣ ਦਿੰਦੇ ਨੇ ਭਾਈ ਸਾਹਿਬ ਜੀ ਕਿ ਜਿਸ ਤਰ੍ਹਾਂ ਜੈਸੇ ਗੁਰ ਗਿਆਨ ਰਾਗ ਨਾਦ ਹਿਰਦੈ ਵਸਤ ਕਿਸੇ ਵੀ ਜੀਵ ਦੇ ਅੰਦਰ ਗੁਰੂ ਦਾ ਗਿਆਨ ਹੈ ਕੋਈ ਸੰਗੀਤ ਵਿੱਦਿਆ ਦਾ ਗਿਆਨ ਹੈ ਉਹਦੇ ਹਿਰਦੇ ਵਿੱਚ ਜੋ ਵਸਦਾ ਨਾ ਉਹ ਕਿਸੇ ਨੂੰ ਨਹੀਂ ਪਤਾ ਲੱਗਦਾ ਕਿੰਨੀ ਦੇਰ ਨਹੀਂ ਪਤਾ ਲੱਗਦਾ ਜਿੰਨੀ ਦੇਰ ਤੱਕ ਉਹ ਰਸਨਾ ਤੋਂ ਗਾ ਕੇ ਜਾਂ ਵਿਚਾਰ ਸੁਣਾ ਕੇ ਅਤੇ ਪ੍ਰਗਟ ਨਹੀਂ ਕਰੇ
ਉਨੀ ਦੇਰ ਤੱਕ ਪਤਾ ਨਹੀਂ ਲੱਗਦਾ ਕਿ ਇਸ ਦੇ ਅੰਦਰ ਕੈਸਾ ਗਿਆਨ ਹੈ, ਕਿਹੋ ਜਿਹਾ ਜਿਹੜਾ ਹੈ ਉਹ ਰਾਗ ਅਤੇ ਸੁਰ ਤਾਲ ਦਾ ਕੈਸਾ ਗਿਆਨ ਹੈ। ਤਾਂ ਭਾਈ ਸਾਹਿਬ ਕਹਿੰਦੇ ਇਸ ਤਰ੍ਹਾਂ ਹੀ ਭਾਵੇਂ ਪਰਮੇਸ਼ੁਰ ਸਾਰੇ ਪਰਿਪੂਰਨ ਹੈ, ਘੱਟ ਘੱਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ। ਸਾਰੇ ਪਰਿਪੂਰਨ ਹੈ, ਸਾਰਿਆਂ ਦੇ ਅੰਦਰ ਬਾਹਰ ਪਰਿਪੂਰਨ ਹੈ, ਘੜ ਘੜ ਕੇ ਜਾਣ ਹਾਰਾ ਹੈ ਪਰਮੇਸ਼ੁਰ। ਪਰ ਕਹਿੰਦੇ ਇਹ ਓਨੀ ਦੇਰ ਪਲਟ ਨਹੀਂ ਹੁੰਦਾ, ਪ੍ਰਤੱਖ ਨਹੀਂ ਹੋਏਗਾ ਜਿੰਨੀ ਦੇਰ ਤੱਕ ਕਿਸੇ ਮਹਾਂਪੁਰਸ਼ਾਂ ਨੂੰ ਮਨਾ ਨਹੀਂ ਲਿਆ ਜਾਂਦਾ। ਬਹੁਤ ਵੱਡੀ ਰਾਜ ਵਾਲੀ ਗੱਲ ਹੈ, ਸੰਗਤ ਕਰਨੀ ਇੱਕ ਅਲੱਗ ਚੀਜ਼ ਹੈ। ਕਿਸੇ ਮਹਾਂਪੁਰਸ਼ਾਂ ਨੂੰ ਖੁਸ਼ ਕਰ ਲੈਣਾ, ਮਨਾ ਲੈਣਾ, ਸਭ ਦਮਾਨਿਓ ਮਨ, ਜਦੋਂ ਹਰ ਤਰ੍ਹਾਂ ਕਰਕੇ ਮਨ ਮੰਨ ਜਾਏ ਨਾ ਮਹਾਂਪੁਰਸ਼ ਦਾ, ਉਹ ਫਿਰ ਇਹ ਬਖਸ਼ਿਸ਼ ਕਰਿਆ ਕਰਦੇ ਆ, ਵੈਸੇ ਨਹੀਂ ਹੁੰਦੇ। ਹੁਣ ਮਨਾਉਣਾ ਸਤਸੰਗ ਜੀ ਬੜਾ ਕਠਿਨ ਖੇਡ ਹੈ। ਬੜੇ ਮਹਾਰਾਜ ਜੀ ਨੇ ਸੰਤ ਬਾਬਾ ਤਰਨ ਸਿੰਘ ਜੀ ਮਹਾਰਾਜ ਜੀ ਨੂੰ ਸੇਵਾ ਕਰਕੇ ਇੰਨਾ ਪ੍ਰਸੰਨ ਕਰ ਲਿਆ ਸੀ ਕਿ ਉਹਨਾਂ ਦਾ ਮਨ ਮੰਨ ਗਿਆ ਨਾ, ਫਿਰ ਹੀ ਇਹ ਭਗਤੀ ਦੇ ਭੰਡਾਰ ਬਖਸ਼ਿਸ਼ ਕੀਤੇ। ਰਾਮਪੁਰ ਵਿੱਚ ਇੱਕ ਗਿਆਨੀ ਨਿਰੰਜਨ ਸਿੰਘ ਜੀ ਹੁੰਦੇ ਸਨ, ਸਾਧ ਸਿੰਘ ਜੀ ਜਾਂ ਦਾਸ ਇੱਥੇ ਗੁਰੂ ਮਹਾਰਾਜ ਨੇ ਸੇਵਾ ਬਖਸ਼ੀ। ਉਹ ਆਪਣੀ ਜਵਾਨੀ ਦੱਸਿਆ ਕਰਦੇ ਸਨ। ਕਹਿੰਦੇ ਬਈ ਜਦੋਂ ਰਾੜਾ ਸਾਹਿਬ ਵਾਲੇ ਮਹਾਰਾਜ ਜੀ ਨੂੰ ਬਖਸ਼ਿਸ਼ ਕੀਤੀ ਹੈ ਨਾ ਸੰਤ ਬਹਾਦਰ ਸਿੰਘ ਜੀ ਮਹਾਰਾਜ ਜੀ ਨੇ, ਕਹਿੰਦੇ ਦਾਸ ਵੀ ਉੱਥੇ ਹੀ ਸੀ, ਸਾਨੂੰ ਵੀ ਸਾਰਿਆਂ ਨੂੰ ਬਖਸ਼ਿਸ਼ ਕੀਤੀ। ਕਹਿੰਦੇ ਪਰ ਸਾਡਾ ਤਾਂ ਕਹਿੰਦੇ ਭੁੱਖ ਅਸੀਂ ਵੀ ਪਾਇਆ ਭਰਿਆ ਸਾਡਾ ਵੀ, ਪਰ ਕਹਿੰਦੇ ਖਿਸਰ ਗਏ ਉਹ ਭੂਮ ਪਲਟਾਰੇ, ਉਹ ਸਾਤੋਂ ਸਾਰੀ ਦੀ ਸਾਰੀ ਬਖਸ਼ਿਸ਼ ਸਾਂਭੇ ਨਹੀਂ ਹੋਈ, ਡੁੱਲ ਗਈ ਕਿਉਂਕਿ ਦੁਨੀਆਂ ਵਿੱਚ ਖੁੱਭ ਗਏ। ਕਹਿੰਦੇ ਉਹਨਾਂ ਨੇ ਇੱਕ ਬੂੰਦ ਵੀ ਥੱਲੇ ਨਹੀਂ ਗਿਰਨ ਦਿੱਤੀ, ਸਾਰੇ ਪੂਰੇ ਭੰਡਾਰ ਸਾਂਭ ਕੇ ਰੱਖੇ, ਕਿਉਂਕਿ ਉਧਰ ਮਨ ਮੰਨਿਆ ਹੋਇਆ ਸੀ। ਇਸ ਲਈ ਜਿੰਨੀ ਦੇਰ ਤੱਕ ਮਹਾਂਪੁਰਸ਼ ਦਾ ਮਨ ਨਾ ਮੰਨ ਜਾਏ ਉਨੀ ਦੇਰ ਤੱਕ ਤੁਹਾਨੂੰ ਕੁਝ ਪ੍ਰਾਪਤ ਨਹੀਂ ਹੋਏਗਾ। ਸੰਗਤ ਭਾਵੇਂ ਸਾਰੀ ਉਮਰ ਕਰਦੇ ਰਹੋ, ਸੰਗਤ ਕਰਨੀ ਅਲੱਗ ਚੀਜ਼ ਹੈ। ਤਾੜੀ ਦੋਵਾਂ ਥਾਂ ਵੱਜਦੀ ਹੈ, ਕਣਕ ਕਦੇ ਨਹੀਂ ਵੱਜਦੀ। ਜਗਿਆਸੂ ਦੀ ਸ਼ਰਧਾ ਭਾਵਨਾ ਹੋਣੀ ਚਾਹੀਦੀ ਆ ਅਟੁੱਟ। ਹੁਣ ਤਾਂ ਸਾਸ ਦੀ ਸ਼ਰਧਾ ਭਾਵਨਾ ਵੱਜਣ ਨੂੰ ਤਾਂ ਦੇਰ ਲੱਗਦੀ ਹੈ, ਟੁੱਟ ਨੂੰ ਦੇਰ ਨਹੀਂ ਲੱਗਦੀ, ਕਿਉਂਕਿ ਸਾਡੀਆਂ ਜਿਹੜੀਆਂ ਮਨੋਬਿਰਤੀਆਂ ਉਹਨਾਂ ਦੀ ਵਿਚਾਰ ਇੰਨੀ ਹਲਕੀ ਫੁਲਕੀ ਹੋ ਚੁੱਕੀ ਹੈ। ਅਸੀਂ ਮਾੜੀ ਮੋਟੀ ਵੀ ਜਿਹੜੀ ਗੱਲ ਹੈ ਨਾ, ਉਹ ਮਹਾਂਪੁਰਸ਼ਾਂ ਦੀ ਆਪਣੀ ਦ੍ਰਿਸ਼ਟੀ ਨਾਲ, ਨਜ਼ਰ ਨਾਲ, ਆਪਣੀ ਬੇਸਮਝੀ ਨਾਲ ਤੋਲਣ ਲੱਗ ਜਾਂਦੇ ਹਾਂ ਵੀ ਮਹਾਂਪੁਰਸ਼ਾਂ ਨੇ ਫਲਾਣਾ ਨੂੰ ਉਹ ਗੱਲ ਕਿਉਂ ਕਹੀ, ਮੈਨੂੰ ਕਿਉਂ ਕਹੀ, ਆਹ ਉਹਨਾਂ ਨੇ ਕਿਉਂ ਕੀਤਾ, ਬਸ ਇੱਥੇ ਖਤਮ। ਮਹਾਂਪੁਰਸ਼ਾਂ ਦੇ ਮੁਖਾਰਬਿੰਦ ਤੋਂ ਦਾਸ ਨੇ ਆਪ ਸੁਣਿਆ ਹੈ, ਕਹਿੰਦੇ ਵੀ ਰੱਬ ਦੀ ਪ੍ਰਾਪਤੀ ਵਿੱਚ ਤਾਂ ਦੇਰ ਨਹੀਂ ਲੱਗਦੀ ਹੈ, ਕੋਈ ਦੇਰੀ ਨਹੀਂ ਹੈ। ਕਹਿੰਦੇ ਜਦੋਂ ਕਿਸੇ ਮਹਾਂਪੁਰਸ਼ਾਂ ਦੀ, ਪੂਰਨ ਪੁਰਸ਼ਾਂ ਦੀ ਸੰਗਤ ਪ੍ਰਾਪਤ ਹੋ ਜਾਏ ਨਾ, ਜਦ ਜਗਿਆਸੂ ਦੇ ਮਨ 'ਚ ਇਹ ਗੱਲ ਬੈਠ ਜਾ ਕਿ ਰੱਬ ਇਹੀ ਹੈ, ਹੋਰ ਕੀ ਹੈ ਹੀ ਨਹੀਂ, ਕਹਿੰਦੇ ਰੱਬ ਦੀ ਪ੍ਰਾਪਤੀ ਹੋਣੀ ਤਾਂ ਦੇਰ ਹੀ ਨਹੀਂ ਲੱਗਦੀ।
ਬਸ ਕਹਿੰਦੇ ਜਗਿਆਸੂ ਦੀ ਸਤਸੰਗ ਸਤਸੰਗੀ ਦੀ ਭਾਵਨਾ ਨਹੀਂ ਵੱਜਦੀ ਕਿ ਰੱਬ ਹੈ। ਤੋ ਉਸ ਤੋਂ ਉਪਰੰਤ ਜਦੋਂ ਬਹੁਤ ਹੀ ਪਿਛਲੇ ਪੂਰਵਲੇ ਉੱਚੇ ਕਰਮਾਂ ਅਨੁਸਾਰ ਬੜੇ ਮਹਾਰਾਜ ਜੀ ਦੀ ਸੰਗਤ ਪ੍ਰਾਪਤ ਹੋਈ ਦਾਸ ਨੂੰ, ਨੌਵੀਂ ਜਾਂ ਦਸਵੀਂ 'ਚ ਪੜ੍ਹਦਾ ਸੀ ਦਾਸ, ਮਨ ਵੀ ਦੀਵਾਨ ਲੱਗੇ ਸਨ, ਪੁਰਤਲੇ ਮਲੇ ਵੀ ਲੱਗੇ ਸਨ, ਉਸ ਤੋਂ ਬਾਅਦ ਉਹਨਾਂ ਨੇ ਆਪਣੇ ਆਪ ਹੀ ਖੇਡ ਵਰਤਾਈ, ਆਪਣਾ ਦਾਸ ਆਪੇ ਮੁੱਲ ਲਈ। ਦਾਸ ਦੀ ਬੜੀ ਤੀਬਰ ਇੱਛਾ ਸੀ ਕਿ ਮਹਾਰਾਜ ਦੇ ਚਰਨਾਂ 'ਚ ਰਹਿ ਕੇ ਸੇਵਾ ਕਰਾਂ, ਲੇਕਿਨ ਸਮਾਂ ਐਸਾ ਵਾਤਾਵਰਨ ਨਹੀਂ ਸੀ। ਮਹਾਰਾਜ ਜੀ ਨੇ ਇਹੋ ਜਿਹੀ ਵਿਧੀ ਬਣਾਈ ਕਿ ਮੈਨੂੰ ਉੱਥੇ ਰਹਿਣ ਦਾ ਸਮਾਂ ਹੀ ਨਹੀਂ ਬਣਿਆ। ਖੈਰ, ਦਾਸ ਮਹਾਰਾਜ ਜੀ ਦੀ ਆਗਿਆ ਲੈ ਕੇ ਡੇਰੂ ਸਾਹਿਬ ਆ ਗਏ। ਕਹਿੰਦੇ ਕੋਈ ਨਹੀਂ, ਆਪਣਾ ਹੀ ਘਰ ਹੈ, ਜਿੰਨੀ ਦੇਰ ਤੱਕ ਤੇਰਾ ਜੀ ਲੱਗਿਆ ਰਹੀਂ, ਜਦ ਤੇਰਾ ਜੀ ਨਾ ਲੱਗਿਆ ਤੂੰ ਆ ਜਾ। ਫਿਰ ਵੀ ਦਾਸ ਦੇ ਮਨ 'ਚ ਸੰਸਾ ਰਿਹਾ ਵੀ ਮਹਾਰਾਜ ਜੀ ਨੇ ਮੈਨੂੰ ਆਪਣੇ ਕੋਲ ਕਿਉਂ ਨਹੀਂ ਰੱਖਿਆ, ਕਿਉਂਕਿ ਜਗਿਆਸੂ ਦੇ ਮਨ 'ਚ ਅਗਿਆਨਤਾ ਹੁੰਦੀ ਹੈ, ਗਿਆਨ ਤਾਂ ਹੁੰਦਾ ਹੀ ਨਹੀਂ। ਅਤੇ ਉਸ ਤੋਂ ਬਾਅਦ ਸਾਧ ਸਿੰਘ ਜੀ, ਬਾਬਾ ਭਜਨ ਸਿੰਘ ਜੀ ਬੈਠੇ ਨੇ ਕਨੇਚ ਦੇ ਦੀਵਾਨਾਂ 'ਚ, ਉੱਤੇ ਸਟੇਜ ਦਾ ਸਾਰਾ ਪ੍ਰਬੰਧ ਹੀ ਕਰਿਆ ਕਰਦੇ ਸਨ। ਦਾਸ ਨੂੰ ਯਾਦ, ਉੱਥੇ ਪੂਰਨਮਾਸ਼ੀ ਦਾ ਦੀਵਾਨ ਲੱਗਿਆ ਕਰਦਾ ਸੀ। ਦਾਸ ਹਰ ਦੀਵਾਨ ਦੇ ਨਾ ਡੇਰੂ ਸਾਹਿਬ ਤੋਂ ਸਿੱਧਾ ਖੇਤੋਂ ਖੇਤੀ ਹੋ ਕੇ ਨਾ ਹਰ ਦੀਵਾਨ ਦੇ ਹਾਜ਼ਰੀ ਭਰਿਆ ਕਰਦਾ ਸੀ। ਅਤੇ ਫਿਰ ਸਮਾਂ ਇੱਕ ਐਸਾ ਆਇਆ ਕਿ ਦਾਸ ਦੇ ਮਨ 'ਚ ਸੰਸਾ ਸੀ, ਅਤੇ ਮਹਾਰਾਜ ਜੀ ਨੂੰ ਵਚਨ ਕਰਦਿਆਂ ਕਰਦਿਆਂ ਇਸ ਵਿਸ਼ੇ 'ਤੇ ਵਚਨ ਤੋਰੇ। ਕਹਿੰਦੇ ਸਾਸਨ ਕਈਆਂ ਜਗਿਆਸੂਆਂ ਦੇ ਮਨ 'ਚ ਨਾ ਸੰਸਾ ਹੋ ਜਾਂਦਾ, ਮਤਲਬ ਕਿ ਖਿਆਲ ਹੋ ਜਾਂਦਾ ਵੀ ਅਸੀਂ ਮਹਾਂਪੁਰਸ਼ਾਂ ਦੇ ਕੋਲ ਰਹਿ ਕੇ ਸੇ ਸਾਡਾ ਸੀਸ ਮਨ ਦਾ ਖਿਆਲ ਭਜਨ ਸੇਵਾ ਸਮਨ ਕਰਨ ਦਾ। ਕਹਿੰਦੇ ਪਰ ਦਰਅਸਲ ਸਾਸਨ ਮਹਾਂਪੁਰਸ਼ਾਂ ਦੀ ਇਹ ਮੌਜ ਹੁੰਦੀ। ਕਹਿੰਦੇ ਜਿਸ ਜਗਿਆਸੂ ਨੂੰ ਸਤਸੰਗੀ ਨੂੰ ਗੁਰੂ ਚਰਨਾਂ ਨਾਲ ਜੋੜਨਾ ਹੋਵੇ ਨਾ, ਕਹਿੰਦੇ ਮਹਾਂਪੁਰਸ਼ ਉਸ ਨੂੰ ਨਾ ਸਮੇਂ ਦੀ ਨਜਾਤ ਦੇ ਮੁਤਾਬਕ ਆਪੇ ਤੋਂ ਦੂਰ ਰੱਖ ਕੇ ਉਹਨੂੰ ਪਾਲਿਆ ਕਰਦੇ ਆ, ਜਿਵੇਂ ਕਿ ਕੱਤਕ ਵਿੱਚ ਕੂੰਜਾਂ ਪਹਾੜਾਂ 'ਚ ਬੱਚਿਆਂ ਨੂੰ ਜਨਮ ਦਿੰਦੀਆਂ ਨੇ, ਪਾਲਦੀਆਂ ਇੱਧਰ ਰਹਿ ਕੇ ਨੇ। ਮਨ ਮੈਂ ਸਿਮਰਨ ਕਰੇ, ਕਹਿੰਦੇ ਆਪਣੇ ਤੋਂ ਦੂਰ ਰੱਖ ਕੇ ਉਸ ਨੂੰ ਇਹ ਜੀਵਨ ਦੀ ਜਾਂਚ ਸਿਖਾਇਆ ਕਰਦੇ ਆ। ਕਹਿੰਦੇ ਉਹਦੇ ਵਿੱਚ ਇਹ ਰਾਜ ਇਹ ਹੁੰਦਾ ਕਿ ਮਹਾਂਪੁਰਸ਼ ਤਾਂ ਹਰ ਤਾਂ ਕਰਕੇ ਸਮਰੱਥ ਹੁੰਦੇ, ਜਗਿਆਸੂ ਦੇ ਮਨ 'ਚ ਗਿਆਨ ਨਹੀਂ ਹੁੰਦਾ। ਕਹਿੰਦੇ ਜੇ ਕੋਲ ਰਹੇ ਨਾ ਜਗਿਆਸੂ, ਮਹਾਂਪੁਰਸ਼ਾਂ ਦੀ ਬਾਰੀ ਕਿਰਿਆ ਦੇਖ ਕੇ ਉਹਦੇ ਮਨ 'ਚ ਸੰਸਾ ਪੈਦਾ ਹੋ ਜਾਂਦਾ। ਕਹਿੰਦੇ ਜਿੱਥੇ ਸੰਸਾ ਪੈਦਾ ਹੋ ਗਿਆ ਉੱਥੇ ਸਾਰਾ ਕੁਝ ਖਤਮ ਹੋ ਜਾਂਦਾ, ਫਿਰ ਪ੍ਰੇਮ ਨਹੀਂ ਰਹਿੰਦਾ। ਸੰਸਾ ਪ੍ਰੇਮ ਦੀ ਕੈਂਚੀ ਹੈ। ਕਹਿੰਦੇ ਇਸ ਕਰਕੇ ਪ੍ਰੇਮ ਨੂੰ ਬਰਕਰਾਰ ਰੱਖਣ ਵਾਸਤੇ, ਉਹਨੂੰ ਗੁਰੂ ਚਰਨਾਂ ਨਾਲ ਜੋੜਨ ਵਾਸਤੇ ਆਪਣੇ ਤੋਂ ਦੂਰ ਰੱਖ ਕੇ ਪਾਲਿਆ ਕਰਦੇ। ਉਸ ਤੋਂ ਬਾਅਦ ਸਾਧ ਸੰਗਤ ਜੀ ਕਦੇ ਸੁਪਨੇ ਵਿੱਚ ਵੀ ਦਾਸ ਦੇ ਮਨ 'ਚ ਸੰਸਾ ਨਹੀਂ ਆਇਆ ਵੀ ਮਹਾਰਾਜ ਜੀ ਨੇ ਇਹ ਖੇਡ ਕਿਉਂ ਵਰਤਾਈ। ਇਸ ਲਈ ਕਹਿਣ ਦਾ ਮਤਲਬ ਇਹ ਹੈ, ਭਾਵੇਂ ਸਾਰੀ ਉਮਰ
ਆਪਾਂ ਸੰਗਤ ਕਰਦੇ ਰਹੀਏ, ਪਰ ਲੇਕਿਨ ਜਿੰਨੀ ਦੇਰ ਤੱਕ ਮਹਾਂਪੁਰਸ਼ਾਂ ਦਾ ਮਨ ਹੀ ਨਾ ਮੰਨਦਾ, ਉਨੀ ਦੇਰ ਤੱਕ ਉਹ ਬਖਸ਼ਿਸ਼ ਨਹੀਂ ਕਰਦੇ ਹੁੰਦੇ। ਮਹਾਂਪੁਰਸ਼ ਮਨਾਇਕ ਹੈ, ਬੜਾ ਰਾਜ ਹੈ ਇਸ ਵਚਨ ਵਿੱਚ ਜੋ ਭਾਈ ਸਾਹਿਬ ਨੇ ਵਰਣ ਕੀਤਾ ਹੈ। ਮਹਾਂਪੁਰਸ਼ ਮਨਾਇਕ ਹੈ, ਮਹਾਂਪੁਰਖਾਂ ਨੂੰ ਮਨਾਵਾਂਗੇ। ਮੰਨਦੇ ਕਿਵੇਂ ਨੇ ਉਹ ਬੇਪਰਵਾਹ ਨਾ ਬੋਲਣੀ, ਉਹ ਮਲਮਲ ਧੋਵਾਂ ਤਿੰਨ ਪਾਏ, ਉਹ ਤਾਂ ਬੇਪਰਵਾਹੀਆਂ 'ਚ ਹੁੰਦੇ ਨੇ, ਉਹ ਆਪਣੇ ਆਨੰਦ 'ਚ ਮਗਨ ਰਹਿੰਦੇ ਨੇ, ਛੇਤੀ ਛੇਤੀ ਬੋਲ ਲਿਆ ਨਹੀਂ ਕਰਦੇ, ਆਪਾ ਭਾਵ ਗੁਆ ਕੇ ਕਹਿੰਦੇ। ਜਿਹੜੇ ਉਹਨਾਂ ਜਿਹੜਾ ਕੋਈ ਉਹਨਾਂ ਦੇ ਚਰਨਾਂ ਦੀ ਧੂੜ ਬਣ ਜਾਏ ਨਾ, ਫਿਰ ਕਿਤੇ ਸਮੇਂ ਨਾ ਜਾ ਕੇ ਉਹ ਬਖਸ਼ਿਸ਼ ਕਰਦੀ ਹੈ। ਇਸ ਲਈ ਜੀਵਨ ਦੀ ਸਫਲਤਾ ਲਈ ਪੂਰਨ ਮਹਾਂਪੁਰਸ਼ਾਂ ਦੀ ਸੰਗਤ ਦੀ ਅਤਿਅੰਤ ਲੋੜ ਹੈ, ਇਹ ਤੋਂ ਬਿਨਾਂ ਜੀਵਨ ਸਫਲ ਨਹੀਂ ਹੋ ਸਕਦਾ। ਜੋ ਸਾਡੀ ਜ਼ਿੰਦਗੀ ਦਾ ਮੁੱਖ ਕੰਮ ਹੈ, ਭਾਈ ਪ੍ਰਾਪਤ ਮਾਨਕ ਦੇਹਰੀਆ ਦੋ ਮਿਲਣਗੀਏ ਤੇਰੀ ਵਰੀਆ, ਇਹ ਕੰਮ ਨਾ ਪੂਰਾ ਨਹੀਂ ਹੋ ਸਕਦਾ। ਮਨੁੱਖੀ ਸਰੀਰ ਮਿਲਿਆ ਹੀ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਹੈ, ਇਸ ਲਈ ਮਹਾਂਪੁਰਸ਼ਾਂ ਦੀ ਸੰਗਤ, ਉਹ ਵੀ ਪੂਰਨ ਮਹਾਂਪੁਰਸ਼ਾਂ ਦੀ ਸੰਗਤ ਜ਼ਿੰਦਗੀ ਵਿੱਚ ਸਾਡੇ ਅਤਿਅੰਤ ਜ਼ਰੂਰੀ ਹੈ। ਔਰ ਉਹਨਾਂ ਦੀ ਰਹਿਮਤ ਤੋਂ ਬਿਨਾਂ ਸਾਸੂ ਦੀ ਪਰਮੇਸ਼ਰ ਦੀ ਪ੍ਰਾਪਤੀ ਅਸੰਭਵ ਨਹੀਂ, ਨਾਮੁਮਕਿਨ ਹੈ। ਇਸ ਲਈ ਹੀ ਭਾਈ ਸਾਹਿਬ ਜੀ ਨੇ ਇਹ ਤਿੰਨ ਪ੍ਰਮਾਣ ਦੇ ਕੇ ਇਹ ਸਿਧਾਂਤ ਦੀ ਵਿਆਖਿਆ ਕੀਤੀ ਹੈ ਕਿ ਪਰਮੇਸ਼ਰ ਭਾਵੇਂ ਸਾਰੇ ਪਰਿਪੂਰਨ ਹੈ, ਪਰ ਉਹ ਪ੍ਰਗਟ ਹੋਏਗਾ ਕਿਸੇ ਮਹਾਂਪੁਰਸ਼ਾਂ ਨੂੰ ਮਨਾ ਕੇ, ਕਿਉਂਕਿ ਉਹ ਆਪ ਅਨੁਭਵ ਪ੍ਰਕਾਸ਼ ਦਾ ਰੂਪ ਹੋ ਚੁੱਕੇ ਹੁੰਦੇ ਹਨ। ਅਨੁਭਵ ਨਾਲ ਤੁਹਾਨੂੰ ਅਨੁਭਵੀ ਹੀ ਜੋੜੇਗਾ, ਕਿਤਾਬੀ ਗਿਆਨੀ ਨਹੀਂ ਜੋੜ ਸਕਦਾ। ਇਸ ਕਰਕੇ ਕਿ ਪਰਮੇਸ਼ਰ ਇਹ ਕਿਤਾਬੀ ਗਿਆਨ ਦਾ ਵਿਸ਼ਾ ਹੈ ਹੀ ਨਹੀਂ, ਉਹ ਅਨੁਭਵ ਪ੍ਰਕਾਸ਼ ਮੈਂ ਤੋਜ ਕਹਿਤਾ ਹੈ। ਇਸ ਲਈ ਉਸ ਅਨੁਭਵ ਪ੍ਰਕਾਸ਼ ਨਾਲ ਤੁਹਾਨੂੰ ਕੋਈ ਅਨੁਭਵੀ ਮਹਾਂਪੁਰਸ਼ ਹੀ ਜੋੜੇਗਾ। ਐਸੇ ਅਨੁਭਵੀ ਮਹਾਂਪੁਰਸ਼ਾਂ ਦੇ ਸ਼੍ਰੋਮਣੀ ਸਨ ਆਪਣੇ ਬੜੇ ਮਹਾਰਾਜ ਜੀ ਰੜਾ ਸਾਹਿਬ, ਹਰ ਪੱਖੋਂ ਸ਼੍ਰੋਮਣੀ ਸਨ, ਜਿਸ ਪਾਸੋਂ ਮਰਜ਼ੀ ਹੋ। ਸੋ ਇਸ ਕਰਕੇ ਗੁਰੂ ਪੰਚਮ ਪਾਤਸ਼ਾਹ ਜੀ ਮਹਾਂਪੁਰਸ਼ਾਂ ਦੀ ਜਿਹੜੀ ਮਹਿਮਾ ਹੈ ਇਸ ਤਰ੍ਹਾਂ ਬਿਆਨ ਕਰਦੇ ਹਨ। ਮੇਰੇ ਰਾਮ ਮੇਰੇ ਰਾਮ ਹਰ ਸੰਤਾਂ ਜਿਵਨਾ ਕੋਈ, ਮੇਰੇ ਰਾਮ ਮੇਰੇ ਰਾਮ ਹਰ ਸੰਤਾਂ ਜਿਵਨਾ ਜਲ ਥਲ ਮੈਂ ਬਣ ਆਈ ਰਬ ਆਪਣੇ ਸੋ ਜਲ ਥਲ ਮੈਂ ਸੋ ਮੇਰੇ ਰਾਮ ਮੇਰੇ ਰਾਮ ਹਰ ਸੰਤਾਂ ਜੇ
ਤਿਨਕੀ ਸੋਮਾਂ ਸਭ ਨੀਧਾਈ ਜਿਨ ਪ੍ਰਭ ਕੇ ਚਰਨ ਪਰਾਤੇ ਪ੍ਰਭ ਕੇ ਚਰਨ ਮੇਰੇ ਰਾਮ ਮੇਰੇ ਰਾਮ ਹਰ ਸੰਤੋਂ ਜੀਵਨ ਨਾ ਕੋ ਮੇਰੇ ਰਾਮ ਮੇਰੇ ਰਾਮ ਹਰ ਸੰਤੋਂ ਜੀਵਨ ਨਾ ਕੋ ਭਗਤਾਂ ਜਲ ਥਲ ਮਹੀਲ ਸੋ ਮੇਰੇ ਰਾਮ ਮੇਰੇ ਰਾਮ ਹਰ ਸੰਤੋਂ ਜੀਵਨ ਨਾ ਕੋ ਮੇਰੇ ਰਾਮ ਮੇਰੇ ਰਾਮ ਹਰ ਸੰਤੋਂ ਸੰਗ ਉਦਰ ਜਮ ਤਾਂਕ ਨੇੜੇ ਜਨਮ ਜਨਮ ਕਾਮ ਵਿਛੜਿਆ ਹੋ ਦਿਨ ਹਰ ਸੋ ਆਨ ਜੋ
ਜਿਹਾ ਮਨੋਰਥ ਕਰਿਆ ਰਾਧਨ ਸੋ ਸੰਤਨ ਤੇ ਪਾਵੇ ਸੋ ਸੰਤਨ ਤੇ ਪਾਵੇ ਮੇਰੇ ਰਾਮ ਰਾਜਨ ਦੇ ਮਹਾਰਾਜ ਜੀ ਨੇ ਸਤਸੰਗ ਜੀ ਮਹਾਂਪੁਰਸ਼ਾਂ ਦੀ ਵਿਸ਼ੇਸ਼ਤਾ ਉਹਨਾਂ ਦੀਆਂ ਖੂਬੀਆਂ ਉਹਨਾਂ ਦਾ ਰੂਹ ਵਰਣਨ ਕੀਤਾ ਕਿ ਜੋ ਕੁਝ ਉਹ ਕਰਦੇ ਆ ਰੱਬ ਉਹਨਾਂ ਦੀ ਮੰਨਦਾ ਮੋੜ ਨਹੀਂ ਸਕਦਾ ਦਰਗਾਹ ਵਿੱਚ ਉਹਨਾਂ ਦੀ ਚੱਲਦੀ ਹੈ ਪੂਰੀ ਕਿਉਂਕਿ ਜਦ ਰੱਬ ਹੀ ਉਹਨਾਂ ਦੇ ਵੱਸ ਵਿੱਚ ਹੈ ਫਿਰ ਕਿਸੇ ਦੀ ਕੀ ਤਾਕਤ ਹੈ ਕੋਈ ਮਹਾਂਪੁਰਸ਼ਾਂ ਦਾ ਕੀਤਾ ਮੋੜ ਸਕੇ ਕਹਿਆ ਮੋੜ ਸਕੇ ਦੂਸਰਾ ਕਰੋੜਾਂ ਜਨਮਾਂ ਦਾ ਪਾਪ ਨਾਲ ਗ੍ਰਸਿਆ ਹੋਇਆ ਜੀਵ ਅਪਰਾਧੀ ਜੇ ਮਹਾਂਪੁਰਸ਼ਾਂ ਦੀ ਸ਼ਰਨ ਵਿੱਚ ਆ ਜਾਏ ਉਹਨਾਂ ਦੇ ਕਰੋੜਾਂ ਜਨਮਾਂ ਦੇ ਉਹਦੇ ਪਾਪ ਨਸ਼ਟ ਕਰਕੇ ਉਹਨੂੰ ਪਰਮੇਸ਼ਰ ਨਾਲ ਜੋੜ ਦਿੰਦੇ ਨੇ ਜਾਂ ਉਹਦੇ ਨੇੜੇ ਨਹੀਂ ਆ ਸਕਦੇ ਜਿਹੋ ਜਿਹਾ ਮਨੋਰਥ ਕੋਈ ਲੈ ਕੇ ਸ਼ਰਧਾ ਭਾਵਨਾ ਨਾਲ ਮਹਾਂਪੁਰਸ਼ਾਂ ਦੇ ਪਾਸ ਜਾਂਦਾ ਹੈ ਸੋ ਸੰਤਨ ਤੇ ਪਾਵ ਇਸ ਲਈ ਸਤਿਗੁਰੂ ਜੀ ਸ਼ਬਦ ਦੀ ਸਮਾਪਤੀ ਕਰਦੇ ਹਾਂ ਐਸਾ ਪ੍ਰਮਾਣ ਕਰਦੇ ਹਾਂ ਜਨ ਕੀ ਮੈਨੂੰ ਮਾਂ ਕੇ ਦੁੱਖ ਮਰਨੋਂ ਜੋ ਆਪਣੇ ਪ੍ਰਭ ਪਾਣੇ ਕਹੋ ਨਾਨਕ ਜਿਨ ਸਤਿਗੁਰ ਸੇ ਸਭ ਤੇ ਪਏ ਨਿਕਾਣੇ ਸਭ ਤੇ ਪਏ ਨਿਕਾਣੇ ਮੇਰੇ ਰਾਮ ਮੇਰੇ ਰਾਮ ਹਰ ਸੰਤਾਂ ਜਿਵੜ ਨਾਮ ਕੋ ਮੇਰੇ ਰਾਮ ਜਲ ਥਲ ਮਹੀਨ ਸੋ ਭਗਤਾਂ ਬਣ ਆਈ ਰੱਬ ਆਪਣੇ ਸੋ ਜਲ ਥਲ ਮਹੀਨ ਸੋ ਮੇਰੇ ਰਾਮ ਮੇਰੇ ਰਾਮ ਹਰ ਸੰਤਾਂ ਜਿਵੜ ਨਾਮ ਕੋ ਮੇਰੇ ਰਾਮ
ਸਤਸੰਗ ਜੀ ਮਹਾਂਪੁਰਸ਼ਾਂ ਦੀ ਮਹਿਮਾ, ਉਹਨਾਂ ਦੇ ਜੀਵਨ ਦੀ ਬਾਤ, ਨਾ ਤਾਂ ਕੋਈ ਇਸ ਮਹਿਮਾ ਨੂੰ ਕਲਮਬੰਦ ਕਰ ਸਕਿਆ ਅੱਜ ਤੱਕ, ਨਾ ਕੋਈ ਰਸਨਾ ਤੋਂ ਵਿਚਾਰ ਕਰਕੇ ਨਾ ਕੋਈ ਇਹਦਾ ਦੀ ਐਂਡ ਕਰ ਸਕੇ। ਮਹਾਂਪੁਰਸ਼ਾਂ ਦੀ ਮਹਿਮਾ ਸਮੁੰਦਰ ਵਾਂਗੂੰ ਵਿਸ਼ਾਲ ਹੈ, ਇਸ ਲਈ ਇਹ ਸਿਰਫ ਇੰਨੀ ਕੁ ਵਿਚਾਰ ਹੈ ਕਿ ਮਨ ਸਮਝਾਵਣ ਕਾਰਨ ਕਛੂਆ ਕੋ ਪੜ੍ਹੀਏ ਗਿਆਨ। ਮਹਾਂਪੁਰਸ਼ਾਂ ਦੀ ਜੀਵਨੀ ਵਿੱਚੋਂ ਜੋ ਕੋਈ ਕਿਣਕਾ ਮਾਤਰ ਵੀ ਵਿਚਾਰ ਹੋ ਜਾਏ ਸਾਡੇ ਜੀਵਨ ਦੇ ਸੁਧਾਰ ਦਾ ਕਾਰਨ ਬਣਦੀ ਹੈ, ਮਨ ਨੂੰ ਗਿਆਨ ਹਾਸਲ ਹੋ ਜਾਂਦਾ, ਸਮਝ ਆ ਜਾਂਦੀ, ਉਹਦੇ ਅੰਦਰ ਗੁਰੂ ਦਾ ਪ੍ਰੇਮ ਪੈਦਾ ਹੋ ਜਾਂਦਾ। ਜੋ ਮਹਾਂਪੁਰਸ਼ਾਂ ਦਾ ਮੁੱਖ ਨਿਸ਼ਾਨਾ ਹੁੰਦਾ ਕਿ ਹਰ ਜੀਵਨ ਅੰਦਰ ਗੁਰੂ ਦਾ ਪ੍ਰੇਮ ਪੈਦਾ ਕੀਤਾ ਜਾਏ। ਅੱਜ ਦੇ ਜ਼ਮਾਨੇ 'ਚ ਪ੍ਰਚਾਰ ਹੈ ਕਿ ਸਿਰਫ ਬਾਹਰੀ ਰਹਿਤ ਹੀ ਸਭ ਤੋਂ ਵੱਡੀ ਉੱਚੀ ਹੈ, ਉਹ ਬਹੁਤ ਜ਼ਰੂਰੀ ਹੈ, ਪਰ ਜਿੰਨੀ ਦੇਰ ਤੱਕ ਅੰਦਰ ਗੁਰੂ ਦਾ ਪਿਆਰ ਨਹੀਂ ਪੈਦਾ ਹੋਏਗਾ, ਪ੍ਰੇਮ ਨਹੀਂ ਪੈਦਾ ਹੋਏਗਾ, ਉਨੀ ਦੇਰ ਤੱਕ ਜੀਵਨ ਸਫਲਾ ਨਹੀਂ ਹੋ ਸਕਦਾ। ਜਿਨ ਪ੍ਰੇਮ ਕੀ ਉਹ ਤਿਨਹੀ ਪ੍ਰਪਾਇਓ। ਮਹਾਂਪੁਰਸ਼ਾਂ ਦਾ ਮੁੱਖ ਕੰਮ ਹੁੰਦਾ ਕਿ ਹਰ ਇੱਕ ਜੀਵ ਨੂੰ ਬੜੇ ਪਿਆਰ ਲਾਡ ਨਾਲ ਬਹੁਤ ਹੀ ਮਿੱਠੇ ਕੋਮਲ ਬਚਨਾਂ ਦੁਆਰਾ ਉਸ ਨੂੰ ਆਪਣੇ ਵੱਲ ਕੀ ਖਿੱਚ ਕੇ ਉਹ ਗੁਰੂ ਨਾਲ ਜੋੜ ਦਿੰਦੇ ਹੈ। ਇਸ ਲਈ ਸਾਧ ਜੀ ਮਨ ਅੰਦਰ ਪ੍ਰੇਮ ਪੈਦਾ ਕਰਨਾ ਹੀ ਸਭ ਤੋਂ ਮਹਾਂਪੁਰਸ਼ਾਂ ਦਾ ਮੁੱਖ ਕੰਮ ਹੁੰਦਾ। ਉਹ ਇਉਂ ਗੁਰੂ ਜੀਵਾਂ ਅੰਦਰ ਪ੍ਰੇਮ ਪੈਦਾ ਕਰਕੇ, ਜੀਵਨ ਦਾਨ ਬਖਸ਼ ਕਰਕੇ ਪਰਮੇਸ਼ਰ ਦੀ ਭਗਤੀ ਵਿੱਚ ਜੋੜ ਦਿੰਦੇ ਨੇ, ਜੋ ਕਿ ਐਸੇ ਪਰਉਪਕਾਰੀ ਮਹਾਂਪੁਰਸ਼ਾਂ ਦਾ ਜੀਵਨ ਦਾ ਮੁੱਖ ਨਿਸ਼ਾਨਾ ਹੁੰਦਾ। ਦਸ ਸਿਰਾਂ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨ, ਭੁੱਲ ਚੁੱਕ ਦੀ ਖਿਮਾ ਬਖਸ਼ਣ, ਕਿਉਂਕਿ ਮਹਿਮਾ ਜਨਕੀ ਮਹਿਮਾ ਕਿਰਤਕ ਵਰਨ ਕੋਈ ਵਰਨਣ ਨਹੀਂ ਕੀਤੀ ਜਾ ਸਕਦੀ। ਸੋ ਇਤਨੀ ਹਾਜ਼ਰੀ ਪ੍ਰਵਾਨ ਕਰਨੀ ਜੀ। ਉਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਰਾਮ ਕਲੀ ਮਹਲਾ ਤੀਜਾ ਆਨੰਦ ਕੁੰਕਾਰ, ਸਤਿਗੁਰੂ ਪ੍ਰਸਾਦ ਆਨੰਦ ਪਿਆ ਮੈਨੂੰ, ਸਤਿਗੁਰੂ ਨੇ ਪਾਇਆ ਕਾਵਰਤਨ ਪਰਿਵਾਰ ਬਰੀਆਂ ਸ਼ਬਦ ਗਾਵਣ ਆਈ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਨੇ। ਸਭਨਾ ਗੱਲਾਂ ਸਮਰਤ ਸੁਆਮੀ, ਸੋ ਕਿਉਂ ਮਨ ਹੋ ਬਿਸਾਰੇ, ਸਾਚੇ ਸਾਹਿਬ ਕਿਉਂ ਨਹੀਂ ਕਰਦੇ ਰਹਿ, ਸਦਾ ਸਿਵ ਸਾਰਾ ਤੇਰੀ ਨਾਮ ਮਨ ਸਾਵੇ, ਸੱਚੇ ਸਾਹਿਬ ਗਿਆਨ ਹੀ ਕਰਦੇ ਰਹਿ,
ਸਾਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ ਸਦਾ ਕੁਰਬਾਨ ਕੀਤਾ ਗੁਰੂ ਹੇਠੋਂ ਜਿੱਦੀਆਂ ਇਹ ਵਡਿਆਈਆਂ ਵਾਜੇ ਵੰਸ਼ ਸ਼ਬਦ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾਜ ਕਰ ਧਾਰੀਆ ਬੜਭਾਗੀ ਹੋ ਸਗਲ ਮਨੋਰਥ ਪੂਰੇ ਤੂੰ ਕਰੋ ਸੰਤਾਪ ਤਰੀ ਸੁਣੀ ਸੱਚੀ ਬਾਣੀ ਸੰਤੇ ਪੁਨੀਤ ਕਰਦੇ ਪਵਿੱਤ ਸਤਿਗੁਰ ਰਹਿਆ ਪਾਰ ਪੂਰੇ ਪਵਨ ਗੁਰੂ ਬਾਣੀ ਜੀ ਦੀ ਫਤਿਹ।